खाल भी भर गया, दो घंटे होर लगन गए। तड़के स्नेहा दे आए आपां, मक्की जी सारी रम चू, चल वधिया हो यार। कणका चाह जे कोई लिया आवे तां ठीक है, आ तो रहा जे चाह ले आया। चल ले जे भी जा ओए। हां ओ मैं तां तैनूं आया कहणा। हां तू चंगे भले ने बैठे बैठे ने मक्की दा किधरों पंगा ले लिया। ओ मक्की दा भरावा पर हुण बीजनी पैणी सी, साडे तां ना 2 साल हो गए नरमी नहीं होया। ऐ दिमाग जिहा जिहा कोई चंगा माड़ा जिहा जिहा झोना होऊगा हो जांदे यार। कल मक्की बीज वाले सेकर नूं मक्की बीज के चार पालांगे, चार बीज पा के दुध ना कबीलदारी तुरी जाऊगी। और करिए की भरावा, कोई ना चार दिनों पट्टना पैण उदों पता लगू तैनूं। ਉਹ ਚਾਰ ਵੇ ਪੱਟਾਂਗੇ ਵੀ ਹਜੇ, ਜਦੋਂ ਪਾਵਾਂਗੇ ਤਾਂ ਪੱਟਿਆ ਵੀ ਜਾਊਗਾ, ਜੇ ਪਾਈ ਨਹੀਂ ਵੇ ਪੱਟ ਕੇ ਸੁ ਲਵਾਂਗੇ। ਬੜਾ ਔਖਾ ਭਰਾਵਾ ਕੰਮ ਇਹਦਾ ਤਾਂ। ਕਿਉਂ? ਹੋਰ ਉਧਰੋਂ ਜਦੋਂ ਚਾਰ ਪਾਉਣਾ ਹੁੰਦਾ ਉਧਰੋਂ ਮੀਂਹ ਪੈ ਜਾਂਦਾ, ਫਿਰ ਸਾਰੇ ਪਿੰਡ ਦੇ ਹੁਣ ਟਰੈਕਟਰ ਇਕੱਠੇ ਕਰਨੇ ਪੈਂਦੇ ਆ।
ਪਹਿਲੀ ਨਾ ਡਰਾਈ ਚੱਲ ਅਸੀਂ 31 ਸਾਲ ਕਰਦੇ ਆ ਜੇ ਸਾਨੂੰ ਚੰਗਾ ਲੱਗਿਆ ਤਾਂ ਕੀ ਡਰਾਉਣਾ ਤੂੰ ਮੁੜ ਕੇ ਨਾ ਕੀ ਕਰਜੀ ਕੋਈ ਨਾ ਚਾਰ ਕੰਨੀ ਤੂੰ ਐਤਕੀ ਹੋਰ ਕੋਈ ਕੰਮ ਵੀ ਨਹੀਂ ਜੱਬੀ ਤੈਨੂੰ ਹੁਣ ਪਤਾ ਵੀ ਫਸਲ ਤੋਂਣਾ ਜੱਟ ਕਿਸੇ ਪਾਸੇ ਦਾ ਨਹੀਂ ਓਏ ਤੂੰ ਤੈਨੂੰ ਵਿਹਲਾ ਰੱਖ ਦਿੰਦਾ ਬਣ ਉਹ ਵਿਹਲਾ ਰਹਿ ਕੇ ਬਈ ਸਾਲ ਬੜਾ ਵੱਡਾ ਰੁਪਈਏ ਤੈਨੂੰ ਪਤਾ ਨਹੀਂ ਓਏ ਸਾਲ ਦੀ ਗੱਲ ਨਹੀਂ ਮੈਂ ਜਮਾ ਵਿਹਲਾ ਨਹੀਂ ਕਹਿੰਦਾ ਵੀ ਝੋਨੇ ਤੱਕ ਦਾ ਉਹ ਝੋਨੇ ਦਾ ਕਿਹੜਾ ਮੈਨੂੰ ਐ ਪਤਾ ਵੀ ਝੋਨੇ ਤੇ 100 ਮਣ ਨਿਕਲੂਗਾ ਮੈਨੂੰ ਤਾਂ ਤਰ ਲਿਆ ਜੇ ਕੋਈ 50-60 ਮਣ ਨਿਕਲਿਆ ਜਲ ਦੇਖੀ ਜਾਊਗੀ ਇੰਨੇ ਨਾ ਪਾਣੀ ਦੇ ਆਉਂਦੇ ਜਾਂਦੇ ਰਹਾਂਗੇ कमरे चा फड़ी लिया के चाह दा कप हाथ ते रख दता अच्छा तू मक्की दा डरदा मारा इत्थे तां ही आ जा मैं भी आखे ही किवें आ गया जेपी ओ साडे वाले ने भी पंगा ले रख्या हां मेरी गल सुना ले मेरे प्यो दा फोन आया ना हां हुण कहे जी हुण तां कहदे बुखार होई जांदा अच्छा कहदे 4 क दिनां तक आऊगा दवाई दोणी ना भरे मैं ना तन्नू मक्की तां हैगी ते 70 दिनां च पकदी हुंदी है ते 70 दिन तू इत्थे रहेगा मेरा कलोंगे तेरे तू रह तां यार पावा हां गल करे ओ छोटा ही कम ही छोटा लगदा मैनूं तां मैं तां हजे कल आया मैनू पता चल चंगा यार मैं जाना घरे ठीक है जे फोन आया तो बन के कह दी चंगा चाह कि रख दी चाह ता पिया आ जाएगा फिर तू दोपहर तक पूरा मैं आप मैं ना हूं 2 घंटे जरमा दूं बस फिर अपन चल जाके आवांगे जाके आवांगे चंगा चाय आवा तेरी रात तक लेके जाऊं तन्नो रोज नहीं मैं कहंगा ओ नहीं यार रात तन मुर्गा है माड़ा बटता भरावा कीड़ा आया सी उदा चल एड्डे इन्ने में कोई है ही नहीं रवीर भी तन दसियो मैं था पर टाइम पास करना मैं ना तू हां तोड़ा भरा बाण सोखे होना ओए हुण तक सावाना ओए हुण तक खुल्ले देण को खवा दिया कर खुल्ले देण नाल खुल्ले देण को मैनू के होण के तेरे कोले 25 ਜਦੋਂ ਆਉਣਗੇ ਦੇਖਿਓ ਹਾਈ ਤੇ ਨਹੀਂ ਆਏ ਨਾ ਉਹ ਜਦੋਂ ਹੁਣ ਆ ਲਿਆ ਰੱਖੀ ਉਹ 25 ਕਿੱਲੇ ਨੇੜੇ ਕਹਿੰਦੇ ਇਹਦੇ ਮਾਂ ਕਰਨੇ ਫਿਰ ਕਿਉਂ ਮੱਥਾ ਮਾਰਿਆ ਨਾ ਪਿੱਟੜੀ ਕੱਢੀ ਉਹ ਆ ਕੱਪੜੇ ਤਾਂ ਨਹੀਂ ਮੇਰੇ ਚ ਮਸ਼ੀਨ ਚ ਪਾ ਦਿੱਤਾ ਦੇਖ ਲਾ ਮੈਨੂੰ ਨਹੀਂ ਪਤਾ ਇਹ ਤੇ ਤੇਰੇ ਕਿਹੜੇ ਆ ਤੇ ਹੈਪੀ ਦੇ ਤੇਰੇ ਆ ਧੋਤੀ ਟੀ-ਸ਼ਰਟ ਮੇਰੀ ਹੱਥੀ ਧੋਣ ਵਾਲੀ ਸੀ ਮਸ਼ੀਨ ਚ ਨਹੀਂ ਪਾਉਣੀ ਸੀਗੀ ਹਾਏ ਮੈਨੂੰ ਪਹਿਲਾਂ ਪਤਾ ਹੁੰਦਾ ਇਹ ਤੇਰੀ ਆ ਹੈਪੀ ਦੀ ਨਹੀਂ ਮੈਂ ਤਦ ਦੀ ਨਾ ਤਨ ਚੱਕਰ ਨੂੰ ਕਹਿ ਕੀ ਨਹੀਂ ਸੀ ਮੈਨੂੰ ਮੇਰੀ ਬੇਬੇ ਨੇ ਕਿਹਾ ਵੀ ਕਹਿੰਦੀ ਪੁੱਤੋ ਕੱਪੜੇ ਧੋਤੇ ਪਏ ਆ ਕੁੱਕਨੇ ਪਾਉਂਦੇ ਤੂੰ ਉਹ ਕਰਨਾ ਪਿੰਡ ਵਾ ਗਿਆ ਨਾ ਤੂੰ ਇੱਥੇ ਕੀ ਕਰਦੀ ਆ ਪਿੰਡ ਮਾਂ ਆ ਕਿਵੇਂ ਵਗ ਜਾ ਮੇਰੀ ਬੇਬੇ ਛੱਡ ਕੇ ਗਈ ਆ ਉਹ ਦੇਖੀ ਪੂਹਾ ਅੰਦਰ ਮੌਜ ਨਾਲ ਬੈਠੀ ਆ ਤੈਨੂੰ ਕੰਮ ਕਰਾਈ ਜਾਂਦੀ ਆ ਤੇ ਫਿਰ ਬੇਬੇ ਨੇ ਕੱਪੜੇ ਸੁੱਕਣੇ ਪਾਉਣ ਨੂੰ ਕਿਹਾ ਕਹਿੰਦੀ ਤੈਨੂੰ ਚੀਜੀ ਲਾ ਕੇ ਦੇਉਂਗੀ ਤੂੰ ਲਾ ਦੇ ਮੈਨੂੰ ਚੀਜੀ ਤੂੰ ਇੱਥੇ ਨਾ ਸਾਰਾ ਦਿਨ ਕੰਮ ਕਰੀ ਜਾਂਦੀ ਆ ਪਿੰਡ ਜਾ ਕੇ ਖੇਡਿਆ ਕਰੇਂਗੀ ਪਹਿਲਾਂ ਖੇਡਦੀ ਹੁੰਦੀ ਸੀ ਨਾ ਘਰੇ ਹਾਂ ਹੈ ਹਾਂ ਫਿਰ ਤੂੰ ਉੱਥੇ ਵਗ ਜਾ ਪਿੰਡ ਵਗ ਜਾ ਪਿੰਡ ਮੇਰੀ ਬੇਬੇ ਛੱਡ ਕੋ ਕੋਈ ਆ ਕੀ ਲੈ ਨਾਲ ਵਗ ਜਾ ਬੇਬੇ ਨੇ ਮੈਨੂੰ ਕਿਹਾ ਜੇ ਪੁੱਤ ਮੈਂ ਆਈ ਕਹਿੰਦੀ ਮੇਰੇ ਨਾਲ ਹੀ ਆਈ ਹੋਰ ਕਿਸੇ ਦੇ ਨਾਲ ਨਹੀਂ ਜਾਣਾ ਐਪੀ ਦੇ ਨਾਲ ਮਾੜਾ ਮਾੜਾ ਜਾਣਾ ਬੇਬੇ ਨੂੰ ਤਾਂ ਮੈਂ ਬੁਲਾਣਾ ਫਿਰ ਵਗ ਜਾਏਗੀ ਤੂੰ ਵਗ ਜਾਏਗਾ ਹਾਂ ਮੈਂ ਫੋਨ ਕਰ ਦੂੰਗਾ ਮੇਰੀ ਗੱਲ ਤਾਂ ਸੁਣ ਲੈ ਮੈਂ ਫੋਨ ਕਰ ਦੂੰਗਾ ਤੇਰੀ ਬੇਬੇ ਨੂੰ ਫਿਰ ਤੂੰ ਵਗ ਜਾਏਗੀ ਹਾਏ ਤੂੰ ਕਿੰਨਾ ਸ਼ਾਣਾ ਮੇਰੀ ਬੇਬੇ ਨੂੰ ਫੋਨ ਕਰ ਦੇਗਾ ਨਾ ਤਾਂ ਮੰਮੀ ਫੋਨ ਕਰਦੀ ਹੈ ਨਾ ਹੈਪੀ ਫੋਨ ਕਰਦਾ
ਸਾਰਾ ਦਿਨ ਕੰਮ ਕਰਾਉਣ ਦੇ ਮਾਰੇ ਤੈਨੂੰ ਜਾਣ ਕੇ ਕਹੀ ਜਾਂਦੇ ਆ, ਤੂੰ ਐਂ ਕਰ ਫਿਰ, ਤੂੰ ਨਾ ਠੰਡੇ ਠੰਡੇ ਪਾਣੀ ਨਾਲ ਨਹਾਲਾ। ਪਾਲਾ ਤਾਜੂਗਾ ਮੈਨੂੰ ਤਾਂ। ਨਹੀਂ ਚੜਦਾ ਪਾਲਾ, ਫੇਰ ਤੇਰੀ ਬੇਬੇ ਨੇ ਲੈ ਕੇ ਨਹੀਂ ਆਣਾ ਜੇ ਨਹਾਤੀ ਨਾ ਹੋਈ। ਜੇ ਮੈਂ ਠੰਡੇ ਨਾਲ ਨਹਾਲੂਗੀ ਬੇਬੇ ਉਹ ਵੀ ਆਜੂ? ਫੇਰ ਆਊਗੀ। ਹਾਂ ਚੱਲ, ਮੈਂ ਠੰਡੇ ਪਾਣੀ ਨਾਲ ਨਹਾਉਣੀ ਆ ਤੇ ਤੂੰ ਮੈਨੂੰ ਮੈਗੀ ਲਾ ਕੇ ਦੇ, ਆਪਾਂ ਚੀਜ਼ੀ ਪਾ ਕੇ ਖਾਵਾਂਗੇ। ਮੈਗੀ ਮੈਂ ਤੈਨੂੰ ਲਿਆ ਦਿੰਦਾ, ਤੂੰ ਠੰਡੇ ਠੰਡੇ ਪਾਣੀ ਨਾਲ ਨਹਾਈ ਚੰਗਾ। ਤੇ ਜੇ ਮੈਨੂੰ ਪਾਲਾ ਚੱਲ ਗਿਆ ਫਿਰ ਮੈਂ ਕੀ ਕਰੂੰ? ਨਹੀਂ ਚੜਦਾ ਪਾਲਾ, ਫਿਰ ਮੈਂ ਬੇਬੇ ਨੂੰ ਬੁਲਾਉਣਾ। ਫਿਰ ਮੈਂ ਕੱਪੜੇ ਤਾਂ ਹੀ ਪਾ ਲੂੰ। ਹਾਂ ਕੱਪੜੇ ਪਾ ਲਈ ਤੇ ਤੂੰ ਠੰਡੇ ਠੰਡੇ ਪਾਣੀ ਨਾਲ, ਮੈਂ ਤੈਨੂੰ ਮੈਗੀ ਲੈ ਕੇ ਦਿੰਦਾ ਚੰਗਾ। ਚੰਗਾ ਚੰਗਾ ਲਓ। ਰੋਕੀ ਨੂੰ ਫੋਨ ਕਰਦਾ ਤੇ ਗੱਡੀ ਤੇ ਦਬਾ ਲੈਣਾ ਤੇ ਇੰਨੀ ਨੂੰ ਕਿਰਾਂ ਗੋਲੀ ਦੇ ਦੇ। ਠੀਕ ਆ, ਘਰੇ ਪਈ ਆ ਉੱਥੇ, ਡੋਲੋ ਦੀ ਗੋਲੀ ਪਈ ਆ ਉਹ ਦੇ ਦੇ ਕਰਾਂਗੇ। ਠੀਕ ਆ, ਜੇ ਇਹਨਾਂ ਦਾ ਬੁਖਾਰ ਉਤਰ ਜੂਗਾ ਫਿਰ ਇਹਨੂੰ ਡਾਕਟਰ ਤੇ ਲੈ ਜਾਣਾ। ਠੀਕ ਆ, ਚੱਲ ਭਾਈ ਤੂੰ ਗੋਲੀ ਦਿੰਦੀ ਆ ਤੈਨੂੰ ਦੇ ਦੇਵਾਂ। ਚੱਲ ਮੈਂ ਵੀ ਜਾ ਕੇ ਰੋਕੀ ਡਾਕਟਰ ਨੂੰ ਪਤਾ ਕਰਾਂ ਰੋਕੀ ਦਾ ਤੇ ਗੱਡੀ ਕੀ ਦਵਾ ਦਾ ਹੁੰਦਾ। ਸਟਾਰਟ ਬਣਦਾ ਤਾਂ ਕੁਛ ਨੀ, ਮੈਂ ਤਾਂ ਕਹਿੰਦੀ ਸੀਗੀ, ਮੈਂ ਆਖਿਆ ਉਹਨਾਂ ਦੇ ਬੈਠ ਕੇ ਆਉਣਾ ਸੀ ਮਾੜਾ, ਜਾ ਆਉਂਦੇ 10 ਮਿੰਟ। ਮੈਨੂੰ ਤਾਂ ਭੈਣ ਮੂੰਹ ਤਾਪ ਚੜਿਆ ਪੈਗਾ, ਮੈਂ ਇੱਥੋਂ ਤਾਂ ਨੀ ਅੱਜ ਜਾ ਜਾਣਾ। ਸੱਚੀ ਬੁਖਾਰ ਹੋਇਆ ਕਿ ਉਹੀ ਐ ਜੇ ਕਰੀ ਜਾਂਦੀ ਐ? ਸੱਚੀ ਹੋਇਆ ਪਿਆ ਉਹ? ਹਾਂ ਬੁਖਾਰ ਤਾਂ ਥੋੜੇ ਬਾਹਲੇ ਹੀ ਹੋ ਰਿਹਾ। ਹਾਂ ਆਏ ਕਰ ਲੱਗੀ ਜਾਂਦਾ। ਪੈ ਜਾ ਤੂੰ, ਪੈ ਜਾ ਬੈਠੀ ਕਰ, ਤੂੰ ਪੈ ਜਾ। ਗੋਲੀ ਦਿੱਤੀ ਆ ਹੁਣ। ਅੱਛਾ ਇਹਦੇ ਨਾਲ ਉਤਰ ਜੂਗੇ ਨਾ ਬੁਖਾਰ? ਤਾਂ ਉਤਰ ਜੂਗਾ ਚੱਲ। ਤੇ ਉਹ ਮੈਂ ਤਾਂ ਇਹ ਕਹਿੰਦੀ ਸੀ, ਮੈਂ ਚੱਲ ਫਿਰ ਕਿਸੇ ਚੱਜ ਦੇ ਡਾਕਟਰ ਤੋਂ ਟੀਕਾ ਟੂਕਾ ਲਵਾ ਦਿੰਦੀ। ਚੱਜ ਦਾ ਇੱਥੇ ਤਾਂ ਕੋਈ ਡਾਕਟਰ ਹੀ ਨੀਗਾ, ਤੂੰ ਦੱਸ ਪਾ ਦੇ ਕਿਸੇ ਦੀ। ਓਹੋ ਨਹੀਂ ਦੱਸ ਤਾਂ ਚੱਲ ਕੋਈ ਗੱਲ ਨੀ, ਆ ਕਿਹੜਾ ਇਹਨੂੰ ਬੁਖਾਰ ਦਾ ਤਾਰ ਲਾ, ਬਾਕੀ ਦੱਸ ਤਾਂ ਬਾਅਦ ਚ ਕਰ ਲਾਂਗੇ। ਆ ਗੋਲੀ ਦੇਤੀ ਫਿਰ ਉਠੇਰਾ ਪੈ ਜਾਣਾ, ਉਤਰ ਜੂਗਾ। ਹਾਂ ਆਹ ਐ ਕਰ। ਤੇ ਮੈਂ ਤੈਨੂੰ ਐਂ ਕਹਿ ਰਹੀ ਸੀ, ਮੈਂ ਤਾਂ ਤੁਹਾਡੇ ਘਰੇ ਬਾਹਲੇ ਦਿਨਾਂ ਦੀ ਆਉਣ ਨੂੰ ਫਿਰਦੀ ਸੀ, ਮੈਨੂੰ ਐਂ ਸੀਗੀ ਪਰ ਮੈਂ ਇੱਥੋਂ ਤਾਂ ਆ ਹੀ ਨੀ ਗਿਆ, ਤੈਨੂੰ ਪਤਾ ਕੰਮਾਂ 'ਚ ਕਿੱਥੇ ਨਿਕਲਿਆ ਜਾਂਦਾ ਜਾਂਦੀ। ਤੇ ਨਹੀਂ ਮੈਂ ਤਾਂ ਭਾਈ ਉਹ ਜਿੱਦਾਂ ਦਾ ਮੈਨੂੰ ਪਤਾ ਲੱਗਿਆ ਮੈਂ ਤਾਂ ਉਦੋਂ ਦੀ ਸੋਚੀ ਜਾਂਦੀ ਹਾਂ ਵੀ ਕਿਹੜੇ ਵੇਲੇ ਜਾ ਕੇ ਆਵਾਂ ਤੇ ਉਹਨੂੰ ਦੱਸ ਕੇ ਆਵਾਂ। ਆਹ ਮੇਰੀ ਵੱਡੀ ਨਣਦ ਨੀ ਹੈਗੀ? ਨੀ ਵੱਡੀ ਨਣਦ ਦੇ ਕੋਈ ਰਿਸ਼ਤੇਦਾਰੀ ਜਾ ਗਾਂ ਨੀਗਾ, ਉਹ ਆਪਾਂ ਹੀ ਡਾਕਟਰ ਆ ਤੇ ਉਹਦੀ ਤਾਂ ਹਾਂ ਜਿਹੜਾ ਵੀ ਕੋਈ ਆ ਦਿਮਾਗ ਨੂੰ ਖਰਾਬ ਹੁੰਦਾ ਜਿਵੇਂ ਤੁਹਾਡੀ ਬਹੂ ਕਰਦੀ ਹੈ ਤੇ ਉਵੇਂ ਵਾਲਿਆਂ ਨੂੰ ਬਾਹਲੀ ਵਧੀਆ ਦਵਾਈ ਦਿੰਦਾ। ਕਹਿੰਦੇ ਭਾਈ ਟਾਈਮ ਤਾਂ ਵਾਹਵਾ ਲੱਗ ਜਾਂਦਾ ਤੇ ਵੀ 6-7-8 ਮਹੀਨਿਆਂ ਦਾ ਕੋਰਸ ਆਗਾ ਤੇ ਪਰ ਠੀਕ ਕਰ ਦੂਗਾ। ਨਹੀਂ ਫਿਰ ਤੂੰ ਸੱਸ ਦੀ ਚੰਗੀ ਮਦਦ ਕਰੀ ਚਾਚੀ ਦੀ,
ਤੇ ਤੂੰ ਉਹਦੇ ਦੀ ਫਿਰ ਕਾਹਦੇ ਟੁੱਟੀ ਸੀ ਇਸ ਨੇ ਤਾਂ ਤੂੰ ਮੈਨੂੰ ਦੇ ਹੀ ਸਕਦੀ ਸੀ ਅੱਜ ਨੂੰ ਸਾਡੀ ਬਹੂ ਠੀਕ ਹੋ ਜਾਂਦੀ ਓਹੋ ਤੈਨੂੰ ਦੱਸਦੀ ਨਾ ਯਾ ਚਾਚੀ ਵੀ ਨਿਕਲੇ ਨਹੀਂ ਗਿਆ ਬਸ ਘਰਾਂ ਚੋਂ ਬਸ ਆਪਦੇ ਮਨ ਨੇ ਹੀ ਬਣਾ ਲੈਂਦੀ ਸੀ ਢਾ ਲੈਂਦੀ ਸੀ ਵੀ ਚੱਲ ਜਾ ਕੇ ਹੂੰ ਅੱਜ ਜਾ ਕੇ ਹੂੰ ਅੱਜ ਅੱਜ ਵੀ ਮੈਂ ਤਾਂ ਕਰਕੇ ਆ ਗਈ ਮਹਾਂ ਚੱਲ ਆਪਾਂ ਉਹਨਾਂ ਦਿਨਾਂ ਤਾਂ ਬੈਠੇ ਆਵਾਂਗੇ ਨਾਲੇ ਮੈਂ ਤੈਨੂੰ ਗੱਲ ਦੱਸ ਦੂੰ ਨਾਲੇ ਇਹੋ ਜਿਹੇ ਕੰਮ ਦੀ ਨਿਕਾਲ ਕਰਦੇ ਹੁੰਦੇ ਤੂੰ ਤਾਂ ਨਾ ਫਿਰ ਆਪਦੇ ਕੰਮਾਂ 'ਚ ਹੀ ਧਿਆਨ ਰੱਖਿਆ ਤੇਰਾ ਚਾਚੀ ਵੀ ਨਹੀਂ ਧਿਆਨ ਤਾਂ ਕੋਈ ਨਾ ਗਿਆ ਨਹੀਂ ਚੱਲ ਤੈਨੂੰ ਆਏ ਵੀ ਉਹਦਾ ਵੀ ਭਲਾ ਹੋ ਜੇ ਉਹਨਾਂ ਦਾ ਵੀ ਤੂੰ ਤਾਂ ਫਿਰ ਮਾੜੀ ਗੱਲ ਸੋਚੀ ਬਣੀ ਇਹ ਓਹੋ ਇਹ ਕਾਹਦੀ ਮਾੜੀ ਗੱਲ ਆ ਨਾ ਜੇ ਮਾੜੀ ਸੋਚਣੀ ਹੁੰਦੀ ਚਾਚੀ ਆ ਮੈਂ ਤੈਨੂੰ ਹੁਣ ਵੀ ਕਾਹਨੂੰ ਦੱਸਦੀ ਮੈਨੂੰ ਕਿਸੇ ਨਹੀਂ ਮੈਂ ਤਾਂ ਚੱਲ ਇਹਦਾ ਭਲਾ ਹੀ ਸੋਚਦੀ ਆ ਵੀ ਚੱਲ ਵਿਚਾਰੀ ਠੀਕ ਹੋ ਜੂਗੀ ਪੱਕਾ ਠੀਕ ਹੋ ਜੂ ਕਹਿੰਦੇ ਤਾਂ ਹੈਗੇ ਚਾਚੀ ਉਹਨਾਂ ਨੇ ਕਈ ਜਣਿਆਂ ਨੂੰ ਭਾਈ ਦਵਾਈ ਦਵੂਈ ਦਵਾਈ ਆ ਕਹਿੰਦੇ ਠੀਕ ਹੋ ਗਏ ਫਿਰ ਇਹਨੂੰ ਵੀ ਤੁਸੀਂ ਦਵਾਈ ਦਵਾ ਕੇ ਦੇਖ ਲਓ ਕੀ ਪਤਾ ਫਾਇਦਾ ਹੀ ਹੋ ਜੇ ਪੂਰਾ ਚੱਲ ਕੋਈ ਨਹੀਂ ਇਹ ਤਾਂ ਦਿਮਾਗ ਦੀ ਦਵਾਈ ਤਾਂ ਮੈਂ ਫਿਰ ਸਵੇਰ ਹੀ ਲੈ ਮੇਰੀ ਗੱਲ ਸੁਣ ਦਿਮਾਗ ਦੀ ਦਵਾਈ ਤਾਂ ਦਵਾਈ ਇਹਨੂੰ ਫੇਰ ਆ ਪਹਿਲਾਂ ਇਹਨੂੰ ਬੁਖਾਰ ਬਖੂ ਠੀਕ ਕਰਾ ਲਾ ਬੁਖਾਰ ਦੀ ਤਾਂ ਹੁਣੇ ਗੋਲੀ ਦੇ ਦੀ ਬਾਹਲੀ ਲੱਗਦੀ ਹੈ ਇਹਦੇ ਨਾਲ ਤਾਂ ਬੁਖਾਰ ਤਾਂ ਉਤਰ ਜੂਗਾ ਫਿਰ ਇਤਨੇ ਹੈਪੀ ਆ ਜੂਗਾ ਫਿਰ ਅਸੀਂ ਲੈ ਜਾਾਂਗੇ ਸਵੇਰ ਆਹੋ ਉਹ ਤੂੰ ਦੇਖ ਲਈ ਫਿਰ ਮੇਰੀ ਗੱਲ ਸੁਣ ਆ ਹੁਣ ਤੂੰ ਜਾਂਦੀ ਨੇ ਉਹਨਾਂ ਦੇ ਉਹਨਾਂ ਦੇ ਨਹੀਂ ਭੈਣੇ ਮੈਂ ਜਾਂਦੀ ਛੱਡ ਕੇ ਇਹਨੂੰ ਇਹਦੀ ਮਾਂ ਨੂੰ ਸੁਨੇਹਾ ਦਿੱਤਾ ਹੋਇਆ ਉਹ ਆਉਣ ਵਾਲੀ ਹੈ ਆਪਦੀ ਕਹਿੰਦੀ ਹੈ ਤਾਂ ਆਪ ਚੜਿਆ ਪੈ ਇੱਕ ਤਾਂ ਹਾਏ ਇਹ ਜੀ ਤੇ ਮੈਂ ਛੱਡ ਕੇ ਵਗ ਜਾ ਹੋਰ ਮਗਰੋਂ ਕੁਛ ਵੱਧ ਦੁਖਣ ਲੱਗ ਜੇ ਮਾਂ ਪਿਓ ਨੂੰ ਕਿਵੇਂ ਯਕੀਨ ਆਊਗਾ ਇਹ ਚਾਚੀ ਤੇਰੇ ਵੀ ਨਾ ਅਕਲ ਤੇ ਪੜਦਾ ਪਿਆ ਹੋਇਆ ਸੀ ਨਾ ਹੁਣ ਆਏ ਰੋਂਦੀ ਪਿੜਦੀ ਫਿਰਦੀ ਆ ਪਹਿਲਾਂ ਦੇਖ ਕੇ ਨਹੀਂ ਲੈ ਸਕਦੀ ਸੀ ਉੜੇ ਦੇਖਣ ਨੂੰ ਕੀ ਹੋਇਆ ਭਾਣੇ ਹਾਏ ਨਾ ਕਹੇ ਨਾਲੇ ਮੇਰੀ ਨੂੰ ਸੁਣ ਲੈ ਕੰਮ ਆਈ ਹੈ ਤੇ ਮੇਰੇ ਪੁੱਤ ਦੀ ਤਾਂ ਨੌਕਰੀ ਦੀ ਚਿੱਠੀ ਆ ਗਈ ਤੇ ਨਾਲੇ ਉਹਦੇ ਤਾਏ ਨੇ ਕਹਿਤਾ ਕਹਿੰਦਾ ਮਾਨ ਸਾਡੀ ਕੋਠੀ ਨਾ ਕਰਾ ਦੂੰਗਾ ਇਹ ਤਾਂ ਕਰਮ ਵਾਲੀ ਇਹਦੇ ਤਾਂ ਪੈਰ ਦਾ ਉਹਦਾ ਵੀ ਮੰਗਿਆ ਸੀ ਅੱਛਾ ਚਾਚੀ ਹਾਂ ਮੈਂ ਤਾਂ ਖੁਸ਼ੀ ਹੋਈ ਪਈ ਐ ਮੈਂ ਤਾਂ ਕਿਤੇ ਤੇ ਦੁਖ ਦੇ ਦਾਂ ਕਹੀ ਜਾਂਦੀ ਆ ਮੈਂ ਤਾਂ ਸਵੇਰ ਹੀ ਲੈ ਜਾਾਂਗੇ ਇਹਨੂੰ ਦਿਮਾਗ ਦੂਗ ਤਾਂ ਅਸੀਂ ਆਪੇ ਠੀਕ ਕਰਾ ਲਾਂਗੇ ਇਹਦਾ ਮਤਲਬ ਤਾਂ ਚਾਚੀ ਤੂੰ ਲਾਲਚ ਕਰਦੀ ਆ ਉਦੋਂ ਪਹਿਲਾਂ ਤਾਂ ਤੈਨੂੰ ਉਹ ਚੰਗੀ ਨਹੀਂ ਲੱਗਦੀ ਸੀ ਤੇ ਹੁਣ ਕਹਿੰਦੀ ਉਹ ਬਾਲੀ ਵਧੀਆ ਚੰਗੀ ਤੈਨੂੰ ਕੀ ਨਾ ਕਹਤਾ ਵੀ ਲੱਗਦੀ ਨਹੀਂ ਸੀ ਆਪ ਹੀ ਤਾਂ ਕਰਦੀ ਹੁੰਦੀ ਸੀਗੀ ਆਏ ਕਰਦੀ ਆ ਉਹ ਕਰਦੀ ਆ ਮੈਂ ਮਰ ਜਾ ਫਿਰ ਤੇਰੇ ਜੀ ਸਰੀਕਿਆਂ ਵਾਲੀਆਂ ਗੱਲਾਂ ਆ ਗਈਆਂ ਭੈਣੇ ਤੇਰੇ ਤਾਂ ਸਰੀਕੇ ਵਾਲੀ ਕਰੀ ਜਾਂਦੀ ਤੂੰ ਤਾਂ ਇਹਦਾ ਸਿੱਧੀ ਕਰਦੀ ਨਾਲੇ ਪੁੱਠੀ ਕਰਦੀ ਨਹੀਂ ਚੰਗਾ ਚਾਚੀ ਤੇਰਾ ਤਾਂ ਦਿਮਾਗ ਸਾਰਾ ਦਿਨ ਚੱਲਦਾ ਹੀ ਪੁੱਠਾ ਹੈ ਲੈ ਮੈਂ ਹਜੇ ਮੇਰਾ ਦੱਸਦੀ ਆ ਵੀ ਪੁੱਠਾ ਜਾਂਦਾ ਠੀਕ ਹੈ ਤੂੰ ਨਾ ਆ ਠੀਕ ਆ ਨਹੀਂ ਕਮਲੀ ਆ ਠੀਕ ਆ ਚੱਲ ਚੰਗਾ ਲੈ ਦੱਸ ਕਰ ਲੋ ਕਿਸੇ ਦਾ ਭਲਾ ਇਹਨਾਂ ਨੇ ਤਾਂ ਸਰੀਕਾਂ ਵਾਲੀ ਗੱਲ ਨਹੀਂ ਛੱਡਣੀ ਅਕੇ ਗਧੇ ਦੀਆਂ ਅੱਖਾਂ 'ਚ ਪਾਇਆ ਸੀ ਲੂਣ ਅੱਖਾਂ ਹੀ ਬੰਦ ਹੈ ਕੋਈ ਨਾ ਪਿਆ ਫਰਕ ਹੁਣ ਤਾਂ ਬੁਖਾਰ ਦਾ ਉਤਰ ਗਿਆ ਚੱਲ ਤੈਨੂੰ ਮਾਨ ਸਾਹਿਬ ਟੀ ਲਾ ਲਵਾ ਲਿਆ ਹੁਣ ਮੇਰੀ ਮੰਮੀ ਨੂੰ ਆ ਦੰਦੇ ਫਿਰ ਲੈ ਕੇ ਆਉਂਗੀ ਦਾਈ ਉਹਾ ਕੀ ਮੇਰੀ ਮੰਮੀ ਮੰਮੀ ਆ ਆਹ ਮਾਤਾ ਵੀ ਹਾਏ ਮੰਮੀ ਹੋਰ ਨਾ ਵਧੀਆ ਪੈ ਗਿਆ ਕੀ ਹੋ ਗਿਆ ਪੁੱਤ ਤੈਨੂੰ ਕੀ ਤੁਸੀਂ ਮੈਨੂੰ ਬੁਖਾਰ ਦਾ ਲੜਕਾ ਜੀ ਮਾਨ ਸਾਹਿਬ ਦਵਾਈ ਦਵਾ ਦੇ ਲੈ ਹਾਏ ਨੂੰ ਇੰਨਾ ਬੁਖਾਰ ਚੜਿਆ ਪਿਆ ਜੱਫੀ ਨਾ ਚੁੱਕ ਪਾ ਵੀ ਇੰਨਾ ਤੇ ਆਇਆ ਹੋਇਆ ਕਿਉਂ ਕੀ ਗੱਲ ਉਹਨੇ ਕਾਹਦੇ ਵਾਸਤੇ ਝਿੜਕਦਾ ਮੈਂ ਉਹਦੇ ਸੁੱਤੀ ਚਾਹ ਲਾਤੀ ਉਧਰ ਭੂਆ ਦੇ ਮੁੰਡੇ ਦੇ ਹਾਂ ਹਾਂ ਜੀ ਚਲ ਕੋਈ ਨਾ ਪੁੱਤ ਐ ਨਹੀਂ ਕਰਦੇ ਹੁੰਦੇ ਤੇ ਪੁੱਤ ਹੈਪੀ ਦਵਾਈ ਵੀ ਦਵਾ ਕੇ ਲਿਆਂਦੀ ਭੂਆ ਦਾ ਪੁੱਤ ਨਹੀਂ ਮੈਂ ਮਾਮੇ ਦਾ ਮੁੰਡਾ ਹੈ ਅੱਛਾ ਮਾਮੇ ਦਾ ਮੁੰਡਾ ਹੈ ਹਾਂ ਹਾਂ ਦਵਾਈ ਵਾਲਾ ਦਵਾ ਕੇ ਲਿਆਉਣਾ ਮੈਂ ਗੱਡੀਆਂ ਨੂੰ ਪੁੱਛ ਕੇ ਆ ਜੂੰਗੀ ਪਹਿਲਾਂ ਤਾਂ ਗੋਲੀ ਹੀ ਦੇਤੀ ਸੀ ਮੰਮੀ ਨੇ ਕੰਬੀ ਜਾਂਦੀ ਹੈ ਮੰਮੀ ਆ ਟੀਕਾ ਲਾ ਉਹਨੂੰ ਕਿਹਾ ਮੈਨੇ ਮੈਂ ਟੀਕਾ ਨਹੀਂ ਲਾਉਣਾ ਅਰੇ ਗੋਲੀਆਂ ਦੇ ਦੇਣਾ ਪਹਿਲਾਂ ਇਹ ਟੀਕਾ ਨਾ ਲਵਾਵਾਂਗਾ ਗੋਲੀ ਮੈਨੂੰ ਬੇਬਾ ਨੇ ਦੇਤੀ ਕੋਈ ਨਾ ਫਿਰ ਉੱਤਰੀ ਜਾਂਦਾ ਬੁਖਾਰ ਉਹ ਤੋ ਹੋਰ ਵਧੀਆ ਗੋਲੀਆਂ ਦੇ ਦੇ ਘਰੇ ਬੁਲਾ ਲੈਂਦਾ ਪੁੱਤ ਡਾਕਟਰ ਨੂੰ ਡਾਕਟਰ ਨੂੰ ਤਾਂ ਮੈਨੂੰ ਐ ਸਿਮਾਨ ਸਾਹਿਬ ਮਾਤਾ ਹੁੰਦਾ ਦੇਤੀ ਗੋਲੀ ਨੂੰ ਬੁਖਾਰ ਨੂੰ ਉੱਤਰ ਜੋ 10 15 ਘੰਟਾ ਤੱਕ ਉਸ ਤੋਂ ਬਾਅਦ ਮਾਨਸਿਕ ਚੈੱਕ ਕਰਾ ਕੇ ਮੈਂ ਵਧੀਆ ਦਵਾਈ ਦਵਾ ਲਿਆਵਾਂਗੀ ਚਲ ਪੁੱਤ ਫਿਰ ਦਵਾਈ ਲਿਆ ਤੂੰ ਖੜੀ ਹੋ ਕੇ ਮੰਮੀ ਆ ਤੈਨੂੰ ਨਾਲ ਲੈ ਕੇ ਜਾ ਉਹ ਮਾਤਾ ਵੀ ਨਾਲ ਹੀ ਜਾਊਗੀ ਚੱਲ ਆ ਤੂੰ ਤਾਂ ਤੇਰੇ ਨਾਲ ਹੈ ਹੋ ਕੇ ਖੜੀ ਫਿਰ ਮੈਂ ਤਾਂ ਕਿਹਾ ਖੜਾ ਮਾਰ ਕੇ ਕਹਿੰਦਾ ਹਰਪ੍ਰੀਤ ਰੋਟੇ ਲੀਵਰ ਹੀ ਆ ਤੇ ਮੰਮੀ ਤੂੰ ਆ ਜਾ ਮੈਂ ਤਾਂ ਭੱਜੀ ਆਈ ਪੁੱਤ ਸੁਣ ਕੇ ਤੇਰਾ ਫਿਰ ਤੂੰ ਜਾਈ ਨਾ ਨਹੀਂ ਜਾਂਦੀ ਮੈਂ ਕਦੋਂ ਜਾਣੀ ਹੈ ਪੁੱਤ ਫਿਰ ਮੈਂ ਦਾਈ ਲਿਆ ਹਾਂ ਦਾਈ ਲਿਆ ਜਾਵੇਂ ਕੀ ਬਾਹਰ ਆਏ ਮਾਤਾ ਨਾਲ ਹੀ ਲੈ ਚੱਲਾਂਗੇ ਆਏ ਗੱਡੀ ਤੇ ਜਾ ਮਾਤਾ ਨਾਲ ਹੀ ਵਗ ਜੂ ਨਾ ਚੱਲੂਗੀ ਪੁੱਤ ਖੜੀ ਹੋ ਜਾ ਉੱਥੇ ਫਿਰ ਨਹੀਂ ਕੀ ਹਾਲ ਬਣਾ ਰੱਖਿਆ ਹੈ ਚਲ ਲੈ ਖਾਜਾ ਮੈਨੂੰ ਖੜੀ ਹੋ ਰਾਂਦੇ ਕੋਈ ਨਾ ਖੜੀ ਹੋ ਜਾ ਖੜੀ ਇਹ ਕਿੰਨਾ ਬੁਖਾਰ ਆ ਗਿਆ ਚੱਲ ਆ ਜਾ ਆ ਜਾ ਪੂਰੇ ਦੁੱਖ ਲੱਗ ਗਏ ਕੁਛ ਨਹੀਂ ਹੁੰਦਾ ਹੁੰਦਾ ਟੀਕੇ ਦਾ ਲੋਟ ਹੋ ਜਾਏਗੀ ਹੁਣ ਠੀਕ ਹੋ ਜਾਏਗੀ ਆ ਬੁਖਾਰ ਉਤਰ ਜੂਗਾ
ਸਿਰ ਨੂੰ ਚੜ ਗਿਆ ਸੀ ਬੁਖਾਰ ਹੈ ਐਪੀ ਇਹਨੂੰ ਨਾ ਫੜ ਜਾਂਦੇ ਆਦੀ ਕੋਈ ਚੀਕੂ ਵਗੈਰਾ ਕੋਈ ਸੇਬ ਸੂਬ ਇਹ ਜਿਹਾ ਕੁਝ ਲਿਆਦੀ ਚਲ ਵਧੀਆ ਆਪਾਂ ਨੂੰ ਤਾਂ ਟਾਈਮ ਨਹੀਂ ਪਤਾ ਲੱਗਿਆ ਮਾਤਾ ਹਾਂ ਇਹਨੂੰ ਸਿਰ ਨੂੰ ਬੁਖਾਰ ਬੜਾ ਸੀ ਨਾਲ ਵੀ ਬੜ ਸਕਦੀ ਹੈ ਨਾਲ ਦੀ ਨਾਲ ਉੱਤਰ ਗਿਆ ਬੁਖਾਰ ਗੋਲੀ ਲੈਤੇ ਤੋਂ ਤੇ ਖਿਚੜੀ ਖਾਣੀ ਆ ਪੁੱਤ ਤੈਨੂੰ ਬਣਾ ਦਾਂ ਨਹੀਂ ਮੰਮੀ ਮੈਂ ਨਾ ਖੇਡਣਾ ਲੈ ਕਮਲੀਏ ਖੇਡਦੇ ਨੇ ਤੈਨੂੰ ਬੁਖਾਰ ਚ ਉੱਤਰ ਜਾਂਦੇ ਬੁਖਾਰ ਮੈਂ ਮਾਤਾ ਨੂੰ ਭੇਜ ਦਾਂ ਤੂੰ ਕਰ ਲਿਓ ਗੱਲ ਜਦੋਂ ਠੀਕ ਹੋ ਜਾ ਫਿਰ ਖੇਡੂ ਭੇਜ ਦੇ ਮੇਰੀ ਗੱਲ ਸੁਣ ਆਈ ਨਹੀਂ ਕਰਦੇ ਹੁੰਦੇ ਉਹ ਤੇਰਾ ਮੈਂ ਵਿਆਹ ਕਰਤਾ ਅਗਲੇ ਘਰ ਨੂੰ ਚੌੜ ਕਰਦੀ ਰਹਿੰਦੀ ਹੈ ਚੌੜ ਨਾ ਕਰਿਆ ਕਰ ਨਾ ਨਾ ਇਹਨਾਂ ਮੂਰੇ ਤਾਂ ਤੂੰ ਭੇਤ ਨਾ ਖੋਲੀ ਨਾ ਨਾ ਇਹਨੂੰ ਨਹੀਂ ਕਹਿਣਾ ਕਮਲੀ ਹੈ ਠੀਕ ਹੈ ਨਾ ਕਮਲੀ ਕਹਿਣਾ ਇਹਨਾਂ ਨੂੰ ਹੋਰ ਪੰਜੇ ਆ ਗਏ ਦਵਾਈ ਲੈ ਕੇ ਹਾਂ ਆ ਗਏ ਕਿ ਮੈਂ ਠੀਕ ਹੈ ਜੀ ਹਾਂ ਹੁਣ ਤਾਂ ਬੁਖਾਰ ਉੱਤਰ ਗਿਆ ਅੱਛਾ ਦੱਸ ਦਿੰਦੀ ਸਾਰਾ ਕੁਝ ਨਹੀਂ ਦੱਸਦਾ ਸਾਰਾ ਕੁਝ ਦੱਸਦਾ ਚੰਗਾ ਹੋ ਗਿਆ ਤੂੰ ਨਾਲ ਵਗ ਗਈ ਉਦੋਂ ਹਾਂ ਹੋਰ ਤੇ ਨਾ ਤੇ ਖਬਰ ਨਾ ਤਾਂ ਇਹਨੇ ਜਾਣਾ ਵੀ ਨਹੀਂ ਸੀਗਾ ਤੇ ਹੋਰ ਇਹ ਤਾਂ ਆਈ ਹੈ ਭੈਣ ਜੀ ਪਹਿਲੇ ਦਿਨੇ ਆ ਮਾੜਾ ਜਿਹਾ ਕੁਝ ਦੁਖਣ ਲੱਗੇ ਜਿਹਨੂੰ ਪੋਲੀ ਹੈ ਹਾਏ ਹਾਏ ਲੱਗ ਜਾਂਦੀ ਆ ਕਰਨ ਮੰਮੀ ਇਹਨਾਂ ਦੇ ਮਾਮੇ ਦਾ ਮੁੰਡਾ ਆਇਆ ਉਹ ਕਹਿੰਦਾ ਤੂੰ ਕਿਤੇ ਹੋਰ ਵਾਹ ਕਰਾ ਲਾ ਲੈ ਹੈ ਨਾ ਕਮਰਾ ਉਹਨੂੰ ਮੈਂ ਦੇਵਾਂਗੀ ਪਤਾ ਕਿਆ ਕਾਦੇ ਵਾਸਤੇ ਮੈਂ ਵਿਆਹ ਕਰਾ ਰਹੀ ਹਾਂ ਮੈਨੂੰ ਤਾਂ ਪਤਾ ਨਹੀਂ ਲੱਗਾ ਕਿਹੜੇ ਵੇਲੇ ਕਹਿ ਗਿਆ ਤੈਨੂੰ ਉਹ ਕਹਿੰਦਾ ਇਹ ਹੈਪੀ ਤਾਂ ਨੌਕਰੀ ਤੇ ਲੱਗ ਗਿਆ ਕਹਿੰਦਾ ਹੁਣ ਤੇਰੀ ਲੋੜ ਨਹੀਂ ਆਪਦੀ ਮਾਂ ਕੋਲੇ ਭੱਜ ਜਾ ਲੈ ਭੈਣ ਜੀ ਅਸੀਂ ਤਾਂ ਕਰਮ ਵਾਲੀ ਸਮਝਦੇ ਆ ਲੋੜ ਕਾ ਤੋਂ ਨਹੀਂ ਇਹਦੀ ਸਾਰੀ ਲੋੜ ਹੀ ਹੈ ਹੋਰ ਭੈਣ ਜੀ ਦਵਾਈ ਬਣਾ ਦੇਣਾ ਹੈਪੀ ਨੂੰ ਨੌਕਰੀ ਮਿਲ ਗਈ ਨੌਕਰੀ ਮਿਲ ਗਈ ਬਾਕੀ ਸੇ ਦੋ ਕੰਮ ਹੋ ਗਏ ਸਾਡੇ ਤਾਂ ਹੋ ਗਏ ਤੇ ਆਪੋ ਆਪਦੀ ਕਿਸਮਤ ਖਾਣੀ ਆ ਬੰਦੇ ਨੇ ਸਾਡੇ ਭਾਦੀ ਤਾਂ ਇਹ ਲੱਕੀ ਹੈ ਨਾ ਭੈਣ ਜੀ ਇਹ ਤਾਂ ਸੁੱਖ ਨਾਲੇ ਦੇ ਪੇਕਿਆਂ 'ਚ ਵੀ ਸੁਖਣਾ ਇੰਨਾ ਪੈ ਰਿਹਾ ਤਾਂ ਜਿਉਂ ਇਹ ਜਨਮੀ ਹੈ ਕਿਸੇ ਚੀਜ਼ ਦਾ ਸਾਡੇ ਘਰੇ ਘਾਟਾ ਨਹੀਂ ਰਿਹਾ ਮੇਰੇ ਤਾਂ ਪਰਮਾਤਮਾ ਨੇ ਹੁੰਦਾ ਉਹ ਵੀ ਅਸੀਂ ਪੁੱਛ ਲਿਆ ਡਾਕਟਰ ਇਹਨੂੰ ਆ ਤਾਂ ਟੈਨਸ਼ਨ ਨਹੀਂ ਦੇਣ ਦਵਾਈ ਦਵਾ ਦਾਂਗੇ ਤਾਂ ਨਿੱਕੀ ਹੁੰਦੀ ਜਦੋਂ ਬੁਖਾਰ ਬੂਰ ਚੜਿਆ ਸੀ ਨਾ ਕਹਿੰਦੇ ਹਾਂ ਬਸ ਉਹ ਨਾਲ ਨੂੰ ਸੋ ਜਾਉਣ ਲੱਗੀ ਆ ਹੋਰ ਇਹ ਜਦੋਂ ਕੰਮ ਕਰਨ ਲੱਗੇ ਨੇ ਵਧੀਆ ਕਰਦੀ ਆ ਹਾਂ ਇਹ ਤਾਂ ਵਧੀਆ ਕਰਦੀ ਹੈ ਇਹ ਤਾਂ ਉਹੀ ਕਰਦੀ ਹੈ ਕੋਈ ਨਾ ਪੁੱਤ ਸਿਆਣੀ ਬਣ ਕੇ ਰਿਹਾ ਕਰ ਠੀਕ ਹੈ ਨਾ ਮੰਮੀ ਉਹ ਮੈਨੂੰ ਉਹ ਕਹਿੰਦਾ ਨਾ ਤੂੰ ਠੰਡੇ ਪਾਣੀ ਨਾਲ ਨਹਾ ਆਪਦੀ ਮੰਮੀ ਕੋਲੇ ਜਾ ੜੇਂਗੀ ਮੈਨੂੰ ਠੰਡੇ ਪਾਣੀ ਨਾਲ ਨਹਾਤਾ ਲੈ ਮੈਨੂੰ ਤਾਂ ਪਤਾ ਹੀ ਨਹੀਂ ਉਹਨੇ ਕਿਹੜੇ ਵੇ ਤਾਂ ਇੰਨੀਆਂ ਗੱਲਾਂ ਕਰ ਲੀਆਂ ਮੈਨੂੰ ਤਾਂ ਇਹ ਤਾਂ ਲੀੜ ਤੋਂ ਹੀ ਜਾਂਦੀ ਸੀ ਮੈਂ ਉਧਰ ਰੋਟੀ ਟੁੱਕ ਤੇ ਮੈਂ ਘੱਟ ਲਾਉਣੀ ਐ ਇਹਨੂੰ ਵੀ ਹੱਥ ਹੁੱਥ ਨਾ ਮਚਾ ਲੇ ਉਹਨੂੰ ਸਮਝਾਓ ਵੀ ਐਂ ਗੱਲਾਂ ਨਹੀਂ ਕਰਦੇ ਹੁੰਦੇ ਇਹੋ ਜੀਆਂ ਗੱਲਾਂ ਨਹੀਂ ਕਹਿੰਦੇ ਲੈ ਇਹਨੂੰ ਠੰਡੇ ਪਾਣੀ ਨਾਲ ਨਹਾ ਕੇ ਬਿਮਾਰ ਕਰਤੀ ਨਾ ਫਿਰ ਤੂੰ ਮੈਨੂੰ ਤਾਂ ਦੱਸ ਦਿੰਦੀ ਵੀ ਮੈਨੂੰ ਐਂ ਕਹਿੰਦਾ ਦਾ ਉਹ ਕਹਿੰਦਾ ਤੇਰੀ ਛੱਤਰ ਕਹਿੰਦਾ ਜਾਨ ਨਹੀਂ ਦਿੰਦੀ ਤੈਨੂੰ ਪੇਕੇ ਆਦੀ ਮੰਮੀ ਕੋਲੇ ਮੈਂ ਜਾਂ ਠੀਕ ਆ ਨਹੀਂ ਪੁੱਤ ਇਹ ਕੀ ਕਹਿੰਦੀ ਐ ਲੈ ਜਾਣ ਨੂੰ ਮੈਂ ਤੈਨੂੰ ਲੈ ਜੂੰਗੀ ਨਾਲ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਕਹਿੰਦੀ ਉਹ ਕਹਿੰਦੇ ਨਾ ਤੈਨੂੰ ਸਾਰੇ ਕਹਿੰਦੇ ਆ ਮੋਟੀ ਮੱਤ ਦੀ ਇਹ ਖੈੜਾ ਛੁਡਾਉਂਦੇ ਆ ਕੋਈ ਨਹੀਂ ਕਹਿੰਦਾ ਮੇਰੀ ਗੱਲ ਸੁਣ ਹੈਪੀ ਨੂੰ ਆਪਣੇ ਨੌਕਰੀ ਮਿਲ ਗਈ ਵਧੀਆ ਸੋਹਣੀਆਂ ਚੀਜ਼ਾਂ ਲਿਆ ਕੇ ਦਿਆ ਕਰਾਂਗੇ ਵਾਲੀਆਂ ਸੋਹਣੀਆਂ ਤੇਰੀ ਦਵਾਈ ਨੂੰ ਹੁਣ ਰੁਪਏ ਆਉਣ ਲੱਗ ਜਾਣਗੇ ਤੈਨੂੰ ਕਿਤੇ ਵਧੀਆ ਥਾਂ ਤੋਂ ਦਵਾਈ ਦਵਾ ਲਾਂਗੇ ਤੇਰਾ ਦਿਮਾਗ ਠੀਕ ਹੋ ਜਾਊਗਾ ਹੈ ਭੈਣ ਜੀ ਕੋਈ ਗੱਲ ਤਾਂ ਨਹੀਂ ਕੀਤੀ ਤੁਸੀਂ ਉਹਦੇ ਮੂਹਰੇ ਅਸੀਂ ਤਾਂ ਫਿਰ ਉਹਨੇ ਉਹੀ ਇਹ ਚੌੜ ਕਰਨ ਲੱਗ ਜਾਂਦੀ ਆ ਤੇ ਮਗਰ ਪੈ ਗਈ ਸੀਗੀ ਜਿੱਦ ਪਹਿਲਾਂ ਆਇਆ ਅੱਛਾ ਵੀ ਉਹਨੂੰ ਆਇਆ ਕਹਿੰਦਾ ਵੀ ਭੂਆ ਤੂੰ ਕਾਹਦੇ ਲਾਲਚ ਦੀ ਵਾਲੀ ਨੇ ਲੈਤੀ ਆ ਕਹਿੰਦਾ ਮੋਟੀ ਮੱਤ ਦੀ ਕਿਉਂ ਲੈਤੀ ਆ ਚੱਲ ਕੋਈ ਨਾ ਪੁੱਤ ਇਹਨਾਂ ਨੇ ਉਹੀ ਕਹਿਤਾ ਦੱਸੀ ਤਾਂ ਜਾਂਦੀ ਆ ਤੇਰੀ ਮੰਮੀ ਅਸੀਂ ਤਾਂ ਨਹੀਂ ਕਹਿੰਦੇ ਕੁਛ ਤੈਨੂੰ ਅਸੀਂ ਕਹਿੰਦੇ ਆ ਤੈਨੂੰ ਕੁਛ ਮੰਮੀ ਇਹ ਤੂੰ ਮੈਨੂੰ ਨਾਲ ਲੈ ਕੇ ਜਾਏਂਗੀ ਆਹੋ ਕੋਈ ਨਾ ਪੁੱਤ ਤੈਨੂੰ ਨਾਲ ਲੈ ਜਾਊਂਗੀ ਤੂੰ ਠੀਕ ਹੋ ਜਾ ਤੂੰ ਕੁਛ ਖਾਣਾ ਹੁਣ ਨਾ ਮੈਂ ਕੁਛ ਨਹੀਂ ਖਾਣਾ ਹੈਪੀ ਨੇ ਜੂਸ ਪਿਆਤਾ ਸੀ ਰਾਤ ਉਹ ਤਾਂ ਫਿਰ ਨਾ ਮੈਂ ਚਾਹ ਦੇ ਘੁੱਟ ਕਰ ਲਾ ਤੜਕੇ ਵੀ ਨਹੀਂ ਇਹਨੇ ਕੁਛ ਖਾਣ ਪੀਣ ਦਿੱਤਾ ਭੁੱਖੇ ਤੇ ਹਾਏ ਮੁਝੇ ਕੁਰੀ ਮੁੜੇ ਆਏ ਹੋਣਗੇ ਮੇਰੀ ਗੱਲ ਸੁਣੋ ਭੈਣ ਜੀ ਚਾਹ ਨੂੰ ਤਾਂ ਕੀ ਹੈ ਕੋਈ ਗੱਲ ਨਹੀਂ ਅਸੀਂ ਜੂਸ ਪੀ ਆਏ ਸੀ ਹੈਪੀ ਨੇ ਪਿਆਤਾ ਮੈਂ ਨਾ ਹਰਪ੍ਰੀਤ ਨੂੰ ਲੈ ਕੇ ਜਾਣਾ ਨਹੀਂ ਭੈਣ ਜੀ ਤੁਸੀਂ ਲੈ ਕੇ ਨਹੀਂ ਜਾਣਾ ਨਹੀਂ ਲੈ ਕੇ ਕਿਉਂ ਨਹੀਂ ਜਾਣਾ ਮੈਂ ਨਾ ਉੱਥੇ ਦਿਮਾਗੀ ਡਾਕਟਰ ਪੁੱਛ ਰੱਖਿਆ ਤੇ ਇਹਦਾ ਮੈਂ ਇਲਾਜ ਕਰਾਉਣਾ ਭੈਣ ਜੀ ਅਸੀਂ ਹੁਣ ਆਪ ਹੀ ਇਲਾਜ ਕਰਾ ਲਾਂਗੇ ਲੈ ਤੁਸੀਂ ਐਵੇਂ ਕਿਉਂ ਇੰਨੇ ਪੈਸੇ ਲਾਓਗੇ ਮੈਂ ਹੈਗੀ ਮੈਂ ਆਪ ਹੀ ਕਰਾ ਲੂੰਗੀ ਸੁੱਖ ਨਾਲ ਇੰਨੀ ਜਾਇਜਾਤ ਹੈ ਕੁੜੀ ਕੋਲੇ ਫਿਰ ਅਸੀਂ ਵੀ ਕਰਾ ਸਕਦੇ ਆ ਭੈਣ ਜੀ ਹੁਣ ਇਲਾਜ ਇਹਦਾ ਮਾਤਾ ਮੈਂ ਆਪੇ ਇਲਾਜ ਕਰਵਾਉਂਗਾ ਇਹਦਾ ਸਾਰਾ ਹੁਣ ਕਿੰਨੀ ਭਲਾਈ ਮੇਰੇ 20 ਲੱਖ ਲੱਗ ਜੇ ਮੇਰਾ 10 ਲੱਖ ਲੱਗ ਜੇ ਮੈਂ ਦਿਮਾਗ ਦਾ ਇਲਾਜ ਆਪੇ ਕਰਵਾਉਂਗਾ ਬਾਕੀ ਸਿਰੇ ਨੂੰ ਨੌਕਰੀ ਮਿਲ ਗਈ ਤੇ ਹੁਣ ਅਸੀਂ ਪੈਸੇ ਕਿੱਥੇ ਲਾਉਣੇ ਆ ਸਾਨੂੰ ਇਹਦੇ ਨਾਲੋਂ ਕੀ ਚੰਗਾ ਇਹਦਾ ਕਿਸਮਤੀ ਵਾਲੀ ਚੰਗੀ ਹੈ ਸਾਡੀ ਤਾਂ ਕਿਹੜੀ ਇਹ ਮੇਰੀ ਘਰ ਵਾਲੀ ਬਣ ਕੇ ਆਈ ਮੈਨੂੰ ਤਾਂ ਜਿਹੜੀ ਨੌਕਰੀ ਦੀ ਕਿਤੇ ਮੈਨੂੰ ਆਸ ਨਹੀਂ ਸੀ ਉਹ ਮੈਨੂੰ ਨੌਕਰੀ ਮਿਲ ਗਈ ਇਹਦੇ ਕਰਕੇ ਮੇਰੀ ਗੱਲ ਸੁਣ ਪੁੱਤ ਮੈਂ ਇਹੀ ਸੁਣਨਾ ਚਾਹੁੰਦੀ ਤੁਹਾਡੇ ਮੂੰਹੋਂ ਮੇਰੀ ਧੀ ਨੂੰ ਕੁਛ ਨਹੀਂ ਹੋਇਆ ਨਾ ਇਹ ਪਾਗਲ ਹੈ ਨਾ ਇਹਦੇ ਦਿਮਾਗ 'ਚ ਟੈਨਸ਼ਨ ਹੈ ਨਾ ਕੁਛ ਨਹੀਂ ਮੈਂ ਤਾਂ ਸਿਰਫ ਇਹੀ ਪ੍ਰਤਿਆਵਾ ਲੈਂਦੀ ਸੀ ਵੀ ਤੁਸੀਂ ਜ਼ਮੀਨ ਦਾ ਲਾਲਚ ਕਰਦੇ ਹੋ ਤੇ ਮੇਰੀ ਧੀ ਨੂੰ ਸੱਚੀਓ ਮੋਹ ਕਰਦੇ ਹੋ ਹਾਂ ਭੈਣ ਜੀ ਤੇਰਾ ਵੀ ਹੱਕ ਹੈ ਇਹ ਗੱਲ ਕਹਿਣ ਦਾ ਤੇ ਕੀ ਪਤਾ ਭੈਣ ਜੀ ਅਸੀਂ ਹਨਾ ਮਗਰੋਂ ਅਗਲਾ ਕਹਿੰਦਾ ਕੁੱਤੇ ਲਾਉਣ ਲੱਗੇ ਵੀ ਕਮਲੀ ਹੈ ਸਾਡੇ ਤਾਂ ਇਹ ਚਿੱਤ ਜੀ ਨਹੀਂ ਭੈਣ ਜੀ ਸਾਡੇ ਲਈ ਤਾਂ ਇਹ ਐਡੀ ਲੱਕੀ ਹੈ ਮੈਨੂੰ ਤਾਂ ਇਹ ਕਮਲੀ ਲੱਗਦੀ ਨਹੀਂ ਭੈਣ ਜੀ ਹਰ ਵੇ ਤਾਂ ਤੂੰ ਕਮਲੀ ਹੈ ਨਹੀਂ ਮੈਂ ਇਹੀ ਸੋਚਦੀ ਸੀ ਵੀ ਜੇ 4 ਦਿਨ ਉਹਨੂੰ ਮੈਂ ਅੱਖਾਂ ਮੀਜਾਂ ਮੇਰੀ
ਅਸੀਂ ਤਾਂ ਹੈਗੇ ਆ ਭੈਣ ਜੀ ਬਾਲੀ ਵਾਰਸ, ਜਦੋਂ ਅਸੀਂ ਵਿਆਹ ਕੇ ਲਿਆਏ ਭੈਣ ਅਸੀਂ ਬਾਲੀ ਵਾਰਸ ਆ, ਸਾਨੂੰ ਤਾਂ ਘੋੜਾ ਲਾਲਚ ਨਹੀਂ ਕਾਸੇ ਦਾ, ਆਪਦੀਆਂ ਨੂੰਹਾਂ ਨਾਲ ਕੁਛ ਨਹੀਂ ਚੰਗਾ ਹੁੰਦਾ ਭੈਣ ਜੀ, ਜਿਹਨੇ ਸੋਚਣਾ ਨੂੰਹਾਂ ਪੁੱਤਾਂ ਨਾਲ ਹੀ ਦਿਹਾੜੀ ਵੱਧਦੀ ਹੈ। लालच कन्नी जा वड़दे आ ते बंदे दी कंडीशन कन्नी नहीं जांदे, भी चलो लालच भी हुंदा अपनी जिंदगी च, पर इन्ना भी ना करो भी बंदे नालों जरूरी कोई चीज नहीं हुंदी। ते इस वीडियो च असीं यही विखाउण दी कोशिश कीती है। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।